ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਪ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਦਾ ਹੋਟ ਟੌਪਿਕ ਹੈ ਜੋਤੀ ਮੋਰੀਆ ਤੇ ਅਲੌਕ ਮੋਰੀਆ ਬਾਰੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਹਿਸਾਬ ਨਾਲ ਉਸ ਲੇਡੀ ਨੇ ਬਹੁਤ ਹੀ ਵੱਡੀ ਬੇਵਕੂਫੀ ਕੀਤੀ ਹੈ ਜੋ ਇੱਕ ਸਟੈਪ ਚੱਕਿਆ ਵਾ ਅੱਛੀ ਖਾਸਾ ਉਹਨੂੰ ਸਭ ਕੁਝ ਮਿਲ ਰਿਹਾ ਸੀ ਇੱਜ਼ਤ ਮਿਲ ਰਹੀ ਸੀ ਪਿਆਰ ਮਿਲ ਰਿਹਾ ਸੀਗਾ ਬਟ ਉਹਨੇ ਸਭ ਮੈਨੂੰ ਸਮਝ ਨਹੀਂ ਆ ਰਹੀ ਉਹਨੇ ਸਭ ਕਿਉਂ ਕੀਤਾ ਉਹਨੇ ਆਪਣੇ ਹਸਬੰਦ ਤੇ આરોਪ ਲਗਾਇਆ ਕਿ ਅ ਮਤਲਬ ਉਹਨੇ ਆਪਣੇ ਹਸਬੰਦ ਦੇ ਉੱਤੇ આરોਪ ਲਗਾਇਆ ਕਿ ਇੰਨੇ ਝੂਠ ਬੋਲ ਕੇ ਵਿਆਹ ਕੀਤਾ ਅਗਰ ਉਹਨੇ ਝੂਠ ਬੋਲ ਕੇ ਵਿਆਹ ਕੀਤਾ ਤੇ ਇੰਨੇ ਉਸ ਟਾਈਮ ਕਦਮ ਕਿਉਂ ਨਹੀਂ ਚੱਕਿਆ 2010 ਚ ਇਹਨਾਂ ਦਾ ਵਿਆਹ ਹੋਇਆ ਹੁਣ 2023 ਚੱਲ ਰਿਹਾ ਹੈ 2015 ਚ ਇਹਨਾਂ ਦੀ ਟਵਿਨਸ ਬੇਟੀਆਂ ਹੋਈਆਂ ਉਸ ਟਾਈਮ ਇੰਨੇ ਉਹ ਕਦਮ ਕਿਉਂ ਨਹੀਂ ਚੱਕਿਆ ਜਿਹੜਾ ਕਿ ਉਹਨੂੰ ਹੁਣ ਚੇਤਾ ਆ ਰਿਹਾ ਵਾ ਕਿ ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀਗਾ ਜਾਂ ਨਹੀਂ ਬਸ ਆਪਣੀ ਪੋਸਟ ਕਰਕੇ ਇੰਨੇ ਸਭ ਕੁਝ ਕੀਤਾ ਕਿ ਉਹਨੂੰ ਬੇਵਕੂਫ ਨੂੰ ਇਹ ਵੀ ਸਮਝ ਨਹੀਂ ਆ ਰਹੀ ਕਿ ਉਹਦੇ ਇਸ ਸਟੈਪ ਦਾ ਅਸਰ ਉਹਦੀਆਂ ਬੇਟੀਆਂ ਤੇ ਵੀ ਪੈ ਸਕਦਾ ਕੱਲ ਨੂੰ ਉਹਨਾਂ ਦੀ ਮੈਰਿਡ ਲਾਈਫ ਤੇ ਅਸਰ ਪੈ ਸਕਦਾ ਕੋਈ ਕਵੇ ਉਹਨਾਂ ਨੂੰ ਟੋਹਟ ਕਰ ਸਕਦਾ ਕਿ ਤੇਰੀ ਤੇ ਮਦਰ ਵੀ ਇਸ ਤਰ੍ਹਾਂ ਦੀ ਸੀਗੇ ਤੇ ਆਪਾਂ ਤੇਰਾ ਕਿਉਂ ਵਿਆਹ ਕਰਾਈਏ ਉਹਨੇ ਅੱਗੇ ਫਿਊਚਰ ਬਾਰੇ ਕੁਝ ਨਹੀਂ ਸੋਚਿਆ ਸਿਰਫ ਪ੍ਰੈਜ਼ੈਂਟ ਵਿੱਚ ਜੀ ਰਹੀ ਸੀ ਉਹਦੀ ਇਸ ਨਾਸਮਝੀ ਕਰਕੇ 135 ਲੇਡੀਜ਼ ਨੂੰ ਉਹਨਾਂ ਦੇ ਹਸਬੰਦ ਨੇ ਵਾਪਸ ਬੁਲਾ ਰਿਆ ਜੋ ਕਿ ਤਿਆਰੀ ਕਰ ਰਹੇ ਸੀਗੇ ਗਵਰਨਮੈਂਟ ਜੌਬ ਦੀ ਤੇ ਉਹਨੂੰ ਇਹ ਨਹੀਂ ਬੇਵਕੂਫ ਨੂੰ ਦਿਖਿਆ ਕਿ ਉਹਦੀ ਇਸ ਹਰਕਤ ਕਰਕੇ ਬਾਕੀ ਸਾਰਿਆਂ ਤੇ ਕੀ ਅਸਰ ਪੈ ਰਿਹਾ ਤੇ ਉਹਨਾਂ ਦੇ ਜ਼ਿਲ੍ਹੇ ਦੇ ਇੱਕ ਟਿੰਕੂ ਨਾਮ ਦਾ ਵਿਅਕਤੀ ਆ ਉਹਨੇ ਆਪਣੀ ਵਾਈਫ ਨੂੰ 10 ਸਾਲ ਤੋਂ ਪੜਾ ਰਿਆ ਸੀਗਾ ਫਾਈਨੈਂਸ਼ੀਅਲ ਉਹ 10000 ਕਮਾਰਿਆ ਸੀ ਫਾਈਨੈਂਸ਼ੀਅਲ ਵੀ ਕੋਈ ਪ੍ਰੋਬਲਮ ਨਹੀਂ ਸੀ ਮਤਲਬ ਫਾਈਨੈਂਸ਼ੀਅਲ ਪ੍ਰੋਬਲਮ ਸੀ ਬਟ ਉਹ ਫਿਰ ਵੀ ਪੜਾ ਰਿਹਾ ਸੀਗਾ ਬਟ ਉਹ ਉਹ ਉਹਨਾਂ ਦਾ ਕੇਸ ਚੱਲ ਗਿਆ ਪੁਲਿਸ ਦਾ ਕੋ ਉਹਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਮੇਰੀ ਵਾਈਫ ਨੂੰ ਮਨਾਓ ਕਿ ਮੈਂ ਇਹਨੂੰ ਨਹੀਂ ਪੜਾ ਸਕਦਾ ਤੇ ਉਹ ਪੁਲਿਸ ਵਾਲੇ ਨੇ ਕਿਹਾ ਪਹਿਲਾਂ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਉਹ ਕਹਿ ਰਿਹਾ ਸੀਗਾ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਸੀਗੀ ਤੇ ਇਸ ਕਰਕੇ ਉਹ ਆਪਣੀ ਵਾਈਫ ਨੂੰ ਨਹੀਂ ਪੜਾ ਸਕਦਾ ਮੈਨੂੰ ਡਰ ਹੈ ਕਿ ਤੇ ਇਹ ਵੀ ਜੋਤੀ ਮੋਰੀਆ ਨਾ ਬਣ ਜਾਣ ਪਰ ਉਸ ਵਿਚਾਰੀ ਲੇਡੀ ਦਾ ਕੀ ਕਸੂਰ ਹੈ ਉਹ ਕਾਫੀ ਆਪਣੇ ਹਸਬੰਦ ਨੂੰ ਕਰ ਰਹੀ ਆ ਮਤਲਬ ਉਹ ਮੰਨ ਜਾਣ ਉਹ ਕਹਿ ਰਹੀ ਹੈ ਕਿ ਹਰ ਕੋਈ ਜੋਤੀ ਮੋਰੀਆ ਨਹੀਂ ਆ ਮੈਂ ਜੋਤੀ ਮੋਰੀਆ ਨਹੀਂ ਬਣਾਂਗੀ ਪਰ ਉਸ ਲੇਡੀ ਦੀ ਨਹੀਂ ਸੁਣ ਰਿਹਾ ਕਿਉਂਕਿ ਠੀਕ ਹੈ ਕਿਸੇ ਹੱਦ ਤੱਕ ਹਸਬੈਂਡ ਨੂੰ ਇਹ ਇਨਸਿਕਿਉਰਟੀ ਆ ਕਿ ਮੇਰੀ ਵਾਈਫ ਅੱਗੇ ਜਾ ਕੇ ਮੇਰੇ ਨਾਲ ਇਸ ਤਰ੍ਹਾਂ ਕਰੇ ਮੇਰੇ ਬੱਚਿਆਂ ਨਾਲ ਮੇਰੇ ਪਰਿਵਾਰ ਨਾਲ ਮੇਰਾ ਤੇ ਘਰ ਖਰਾਬ ਹੋ ਗਿਆ ਤੇ ਜੋਤੀ ਮੋਰੀਆ ਨੇ ਇਸ ਸਬਾਰੇ ਕੁਝ ਵੀ ਨਹੀਂ ਸੋਚਿਆ ਜਦੋਂ ਉਹਨੂੰ ਕੁਝ ਸਮਝ ਨਹੀਂ ਆਈ ਤੇ ਉਹਨੇ ਆਪਣੇ ਹਸਬੈਂਡ ਤੇ આરોਪ ਲਗਾਤਾ ਕਿ ਇਹ ਮੇਰੇ ਤੋਂ ਦਹੇਜ ਮੰਗ ਰਹੀ ਸੀ ਸੀਰੀਅਸਲੀ ਅਗਰ ਉਹ ਤਾਂ ਤੋਂ ਦਹੇਜ ਮੰਗ ਰਹੇ ਹੁੰਦੇ ਤੇ ਫਿਰ ਉਹ ਤੁਹਾਨੂੰ ਇੰਨਾ ਪੜਾਉਂਦੇ ਹੀ ਕਿਉਂ ਤੁਹਾਨੂੰ ਇਸ ਪੋਸਟ ਤੱਕ ਉਹ ਲੈ ਕੇ ਹੀ ਕਿਉਂ ਆਂਦੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਅਲੋਕ ਮੋਰੀਆ ਨੂੰ ਕਿ ਇਹ ਵਾ ਮੇਰੀ ਵਾਈਫ ਪੜਨਾ ਚਾਹੁੰਦੀ ਆ ਕੁਝ ਬੰਨਣਾ ਚਾਹੁੰਦੀ ਆ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਪਹਿਲਾਂ ਜੋਤੀ ਮੋਰੀਆ ਵੀ ਉਹਨਾਂ ਦਾ ਸਾਥ ਉਹ ਕਹਿ ਰਹੀ ਸੀਗੀ ਕਿ ਮੈਂ ਆਪਣੇ ਹਸਬੈਂਡ ਤੇ ਆਪਣੇ ਫਾਦਰ ਇਨ-ਲੋ ਕਰ ਗਈ ਆ ਬਟ ਜਦੋਂ ਉਹਨਾਂ ਦਾ ਐਕਸਟਰਾ ਮੈਰਿਟਾਇਲ ਅਫੇਅਰ ਵੀ ਸਾਹਮਣੇ ਆਇਆ ਉਹਦੇ ਹਸਬੈਂਡ ਨੇ ਪ੍ਰੂਫ ਕੀਤਾ ਤੇ ਇਹ ਫਿਰ આરોਪ ਲਗਾਉਣ ਲੱਪੀ ਉਹਦੇ ਤੇ ਕਿ ਨਹੀਂ ਇਸ ਤਰ੍ਹਾਂ ਨਹੀਂ ਆ ਇਹ ਮੈਨੂੰ ਧਮਕੀਆਂ ਦੇ ਰਿਹਾ ਅਲੋਕ ਮੋਰੀਆ ਨੇ ਇਹ ਵੀ ਦੱਸਿਆ ਕਿ ਇਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਆ ਅਲੋਕ ਮੋਰੀਆ ਨੇ ਇਹ ਵੀ ਕਿਹਾ ਕਿ ਮੈਂ ਤੇਰੀ ਚੈਟ ਲੀਕ ਕਰ ਦਾਂਗਾ ਉਹਨੂੰ ਇਸ ਗੱਲ ਦਾ ਇਹਨਾਂ ਜੋਤੀ ਮੋਰੀਆ ਨੂੰ ਕੀ ਦੱਸ ਸੀਗਾ ਕਿ ਉਹਦੀ ਚੈਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਾ ਜੋ ਕਿ ਉਹਦੇ ਹਸਬੰਡ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਜਾਂ ਪਬਲਿਕ ਨੂੰ ਪਤਾ ਲੱਗ ਗਿਆ ਤੇ ਕੀ ਹੋਊਗਾ ਮਤਲਬ ਇਹ ਬਹੁਤ ਹੀ ਬਹੁਤ ਹੀ ਬੇਵਕੂਫੀ ਸੀਗੀ ਉਹਨੇ ਅਗਰ ਸੂਰਿਆ ਵੰਸ਼ ਮੂਵੀ ਦੇਖੀ ਤੇ ਅਗਰ ਉਹਦਾ ਹਸਬੰਡ ਹੀਰਾ ਠਾਕੁਰ ਬਣਿਆ ਪਰ ਇਹ ਉਸਦੀ ਵਾਈਫ ਦੀ ਤਰ੍ਹਾਂ ਨਹੀਂ ਬਣ ਸਕੀ ਉਹ ਜੀ ਵਾਈਫ ਨੇ ਆਪਣੇ ਹਸਬੈਂਡ ਨੂੰ ਇੰਨਾ ਸਪੋਰਟ ਕੀਤਾ ਉਹਦੇ ਹਸਬੈਂਡ ਨੇ ਉਹਨੂੰ ਪੜ੍ਹ ਲਿਖਾ ਕੇ ਕਲੈਕਟਰ ਬਣਾਇਆ ਤੇ ਇਹਦੇ ਸੇਮ ਇਹੋ ਹੀ ਸਟੋਰੀ ਆ ਬਟ ਇਹ ਸਟੋਰੀ ਜੋਤੀ ਮੋਰੀਆ ਵਾਲੀ ਸਟੋਰੀ ਦੇ ਵਿੱਚ ਟਵਿਸਟ ਇਹ ਆ ਕਿ ਜੋਤੀ ਮੋਰੀਆ ਨੇ ਬਹੁਤ ਵੱਡੀ ਬੇਵਕੂਫੀ ਕੀਤੀ ਆ ਤੇ ਉਹਦੀ ਇਹ ਬੇਵਕੂਫੀ ਬਾਕੀਆਂ ਤੇ ਵੀ ਭਾਰੀ ਪੈ ਰਹੀ ਆ ਕਿਉਂਕਿ ਬਾਕੀ ਵੀ ਆਪਣੀ ਵਾਈਫ ਨੂੰ ਪੜ੍ਹਾਉਣ ਤੋਂ ਹੁਣ ਡਰ ਰਹੇ ਆ ਕਿ ਕਿਤੇ ਇਹ ਵੀ ਜੋਤੀ ਮੋਰੀਆ ਦੀ ਤਰ੍ਹਾਂ ਨਾ ਬਣ ਜਾਣ ਇਹਨਾਂ ਦੇ ਕਾਫੀ ਮੀਮਸ ਵੀ ਬਣ ਰਹੇ ਨੇ ਕਿ ਇੱਕ ਇਅਰ ਚੈਟ سامنے ਆਈ ਕਿ ਇੱਕ ਜੀਐਫ ਆਪਣੇ ਬੀਐਫ ਨੂੰ ਕਹਿ ਰਹੀ ਹੈ ਕਿ ਤੂੰ ਮੈਨੂੰ ਪੜਾ ਮੈਂ ਬਾਅਦ ਤੇ ਤੈਨੂੰ ਸਾਰੇ ਪੈਸੇ ਵਾਪਸ ਕਰ ਦਵਾਂਗੀ ਤੇ ਉਸ ਬੀਐਫ ਨੇ ਆਪਣੀ ਜੀਐਫ ਨੂੰ ਬਲੌਕ ਕਰ ਦਿੱਤਾ WhatsApp ਦੇ ਉੱਤੋਂ ਤੇ ਇਹ ਮੈਨੂੰ ਜੋਤੀ ਮਰੀਆ ਦੀ ਬਿਲਕੁਲ ਸਮਝ ਨਹੀਂ ਆ ਰਹੀ ਤੇ ਜੋਗੀ ਜੀ ਦੇ ਕਾਫੀ ਬੁਹਾਰ ਲਗਾਈ ਜਾ ਰਹੀ ਹੈ ਉਹਨਾਂ ਦੇ ਹਸਬੰਦ ਵੱਲੋਂ ਬਟ ਸਭ ਨੂੰ ਪਤਾ ਕਿ ਜੋਗੀ ਜੀ ਦਾ ਦਬਦਬਾ ਕਾਫੀ ਹੈ ਤੇ ਉਹ ਜ਼ਰੂਰ ਇਸ ਬਾਰੇ ਐਕਸ਼ਨ ਲੈਣਗੇ ਤੇ ਉਹਨਾਂ ਨੇ ਲੈ ਵੀ ਲਿਆ ਹੋਊਗਾ ਤੇ ਇਸਾਰੀ ਮਤਲਬ ਤਹਿਕੀਕਾਤ ਕਰਨ ਤੋਂ ਬਾਅਦ ਉਹਨਾਂ ਨੇ ਇਹ ਸਭ ਕੁਝ ਕਰ ਲਿਆ ਹੋਗਾ ਤੇ ਜੋਤੀ ਮੋਰੀ ਜੀ ਬਹੁਤ ਹੀ ਬੇਵਕੂਫ ਔਰਤ ਹੈ ਤੇ ਬਹੁਤ ਹੀ ਬੇਵਕੂਫ ਲੜੀ ਹੈ ਜਿਨੇ ਵਿਆਹ ਤੋਂ ਬਾਅਦ ਇਹ ਸਭ ਕੁਝ ਕਰਨਾ ਸਹੀ ਸਮਝਿਆ ਤੇ ਉਹਨੂੰ ਇਹ ਨਹੀਂ ਪਤਾ ਕਿ ਰਾਵਣ ਵੀ ਬਹੁਤ ਜ਼ਿਆਦਾ ਸੀਗਾ ਕੀ ਕਹਿ ਸਕਦੇ ਆ ਰਾਵਣ ਵੀ ਬਹੁਤ ਜ਼ਿਆਦਾ ਬੁੱਧੀਮਾਨ ਤੇ ਸਮਝਦਾਰ ਸੀਗਾ ਬਟ ਜਦੋਂ ਉਹਨੂੰ ਅਹੰਕਾਰ ਆ ਗਿਆ ਤੇ ਉਹਦਾ ਕੁਝ ਵੀ ਨਹੀਂ ਰਿਹਾ ਇਹ ਸਭ ਮਤਲਬ ਜੋਤੀ ਮੋਰੀਆ ਨਾ ਹੋ ਰਿਹਾ ਕਿ ਉਹ ਬਹੁਤ ਜ਼ਿਆਦਾ ਆਪਣੇ ਆਪ ਚੇ ਕਿ ਮੈਂ ਹੁਣ ਐਸ.ਡੀ.ਐਮ ਬਣ ਗਿਆ ਮੈਂ ਇਸ ਪੋਸਟ ਤੇ ਆ ਤੇ ਮੈਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਬਟ ਇਹ ਉਹਦੀ ਗਲਤ ਫੈਮਿਲੀ ਆ ਇਨਸਾਫ ਜਸਟਿਸ ਸਾਰਿਆਂ ਨੂੰ ਚਾਹੀਦਾ ਤੇ ਇੱਥੇ ਇਨਸਾਫ ਹੋਊਗਾ ਉਹਦੇ ਹਸਬੰਡ ਦੇ ਨਾਲ ਵੀ ਹੋਊਗਾ ਤੇ ਉਹਦੇ ਇਸ ਬੇਵਕੂਫੀ ਕਰਕੇ ਬਾਕੀ ਜੋ ਲੇਡੀਆਂ ਆ ਉਹਨਾਂ ਤੇ ਜੋ ਅਸਰ ਪਿਆ ਵਾ ਹੋਪ ਕਿ ਉਹਨਾਂ ਦੇ ਹਸਬੰਡ ਵੀ ਸਮਝਣ ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਵੀ ਉਹਨਾਂ ਨੂੰ ਸਮਝਣ ਕਿ ਪੜ ਲਿਖੇ ਇਹ ਸਭ ਕੁਝ ਕਰਨ ਲਈ ਸਾਨੂੰ ਉਹਨਾਂ ਦੇ ਹਸਬੰਡ ਨੇ ਆਪਣੇ ਹਸਬੰਡ ਨੇ ਨਹੀਂ ਭੇਜਿਆ ਕੁਝ ਬਣ ਕੇ ਦਿਖਾਣ ਲਈ ਭੇਜਿਆ ਤੇ ਕੁਝ ਕਰਨ ਲਈ ਭੇਜਿਆ ਇਹ ਸਭ ਕਰਨ ਲਈ ਨਹੀਂ ਭੇਜਿਆ ਸੋ ਤੁਸੀਂ ਵੀ ਆਪਣੇ ਪਾਰਟਨਰ ਤੇ ਜਾਂ ਆਪਣੇ ਹਸਬੰਡ ਵਾਈਫ ਦੋਨ ਟਰਸਟ ਕਰੋ ਜੋਤੀ ਮੋਰੀਆ ਵਾਂਗੂ ਨਾ ਵਾਈਫ ਬਣਨ ਤੇ ਨਾ ਹੀ ਉਹਨਾਂ ਦੇ ਹਸਬੰਡ ਬਣਨ ਦੋਨਾਂ ਦੀ ਗੱਲ ਕਰ ਰਹੀਆਂ ਬਟ ਜੋ ਵੀ ਹੈ ਇਹ ਕੇਸ ਬਹੁਤ ਹੀ ਮਤਲਬ ਵਧੀਆਂ ਨਹੀਂ ਹੈ ਜੋਤੀ ਮੋਰੀਆ ਦਾ ਜੋ ਵੀ ਸੀਗਾ ਬਹੁਤ ਹੀ ਬੇਦਕੂਫੀ ਵਾਲਾ ਸਟੈਪ ਤੇ ਬਹੁਤ ਹੀ ਬੇਕਾਰ ਸਟੈਪ ਸੀਗਾ ਤੇ ਮੈਨੂੰ ਲੱਗਦਾ ਵਾ ਕਿ ਉਹਨੂੰ ਸਮਝ ਜਾਣਾ ਚਾਹੀਦਾ ਕਿ ਉਹ ਹੁਣ ਜੋ ਮਰਜੀ ਕਹੀ ਜਾਵੇ ਉਹ ਫਸ ਚੁੱਕੀ ਆ ਤੇ ਉਹ ਜੋ ਜਿੰਨੇ ਮਰਜੀ ਸਫਾਈ ਦੇ ਉਹ ਝੂਠੀ ਹੀ ਸਾਬਿਤ ਹੋ ਰਹੀ ਆ ਸੋ ਤੁਸੀਂ ਦੱਸੋ ਕਿ ਤੁਹਾਡੀ ਇਸ ਬਾਰੇ ਕੀ رائے ਆ ਤੇ ਪਲੀਜ਼ ਮਤਲਬ ਤੁਸੀਂ ਵੀ ਆਪਣੇ ਪਾਰਟਨਰਸ ਤੇ ٹرسٹ ਕਰੋ ਤੇ ਉਹਨਾਂ ਨੂੰ ਮਤਲਬ ਤੁਸੀਂ ਇਹਨਾਂ ٹرسٹ ਬਣਾਓ ਕਿ ਆਪਾਂ ਨਹੀਂ ਇਹ ਨਹੀਂ ਕਰ ਸਕਦੇ ਆਪਾਂ ਜੋਤੀ ਮੋਰੀਆ ਨਹੀਂ ਬੰਨਾ ਸੋ ਥੈਂਕ ਯੂ ਸਾਰਿਆਂ ਨੂੰ ਸੋ ਬਾਏ ਬਾਏ